ਵਾਹਿਗੁਰੂ ਵਾਹਿਗੁਰੂ ਗੁਰਬਾਣੀ ਦਾ ਸਤਕਾਰ ਗੁਰਬਾਣੀ ਦਾ ਸਤਕਾਰ ਬਾਬਾ ਜੀ ਦੇ ਤੁਰ ਹਿਰਦੇ ਵਿੱਚ ਘਰ ਕਰ ਚੁੱਕਾ ਸੀ ਅਸਲੀ ਰੂਪ ਵਿੱਚ ਸਤਕਾਰ ਵੀ ਉਸ ਵਸਤੂ ਦਾ ਹੀ ਹੋ ਸਕਦਾ ਹੈ ਜੋ ਜੀਵਨ ਵਿੱਚ ਸਭ ਤੋਂ ਮਹਾਨ ਪ੍ਰਤੀਤ ਹੋਵੇ ਅਤੇ ਜੋ ਜੀਵਨ ਆਸਰਾ ਹੋਵੇ ਬਾਬਾ ਜੀ ਦਾ ਜੀਵਨ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਵਾਲਾ ਸੀ ਜਿਵੇਂ ਸਤਕਾ ਬਾਬਾ ਜੀ ਆਪਣੀ ਜੀਵਨ ਆਧਾਰ ਵਸਤੂ ਦਾ ਅਤ ਸਤਿਕਾਰ ਕਰਿਆ ਕਰਦੇ ਸਨ ਜਦੋਂ ਕਿਸੇ ਪ੍ਰੇਮੀ ਨੂੰ ਗੁਰਬਾਣੀ ਦੀ ਸੰਥਿਆ ਦੇਣੀ ਹੋਵੇ ਉਸ ਨੂੰ ਆਪਣੇ ਬੈਠਣ ਵਾਲੀ ਜਗ੍ਹਾ ਤੋਂ ਉੱਚੀ ਜਗ੍ਹਾ ਸੁੰਦਰ ਵਿਸ਼ਾਈ ਕਰਕੇ ਬਿਠਾਉਣਾ ਬਾਬਾ ਜੀ ਸਵੇਰ ਤੇ ਸ਼ਾਮ ਦਾ ਨਿਤਨੇਮ ਸੰਗਤੀ ਰੂਪ ਵਿੱਚ ਕਰਿਆ ਕਰਦੇ ਸਨ ਸੰਗਤ ਵਿੱਚੋਂ ਜਿੰਨੇ ਸਰੀਰ ਗੁਰਬਾਣੀ ਪੜ ਸਕਦੇ ਹੋਣ ਉਹਨਾਂ ਨੂੰ ਬਾਕੀ ਸੰਗਤ ਤੋਂ ਅੱਗੇ ਬੈਠਣ ਲਈ ਬੇਨਤੀ ਕਰਨੀ ਜੇ ਮੰਜਿਆਂ ਉੱਪਰ ਬੈਠ ਕੇ ਨਿਤਨੇਮ ਕਰਨਾ ਹੁੰਦਾ ਤਾਂ ਸਾਰੇ ਮੰਜਿਆਂ ਨੂੰ ਬਰਾਬਰ ਕਰਨ ਲਈ ਨੀਵੀਂ ਚਾਰ ਪਾਈ ਦੇ ਪਾਵਿਆਂ ਇੱਟਾਂ ਦੇ ਕੇ ਬਾਕੀ ਮੰਜਿਆਂ ਦੇ ਬਰਾਬਰ ਕਰਦੇ ਅਤੇ ਪਾਠ ਕਰਨ ਵਾਲੇ ਸਾਰੇ ਮੰਜਿਆਂ ਉੱਪਰ ਜਥਾ ਜੋਗ ਵਿਛਾਈ ਕਰਾਉਂਦੇ। ਨਿਤਨੇਮੀ ਸਿੰਘਾਂ ਵਿੱਚੋਂ ਵੀ ਜੇ ਕਿਸੇ ਪ੍ਰੇਮੀ ਨੇ ਗੁਟਕੇ ਤੋਂ ਪਾਠ ਕਰਨਾ ਹੁੰਦਾ ਉਸ ਨੂੰ ਗੁਟਕਾ ਲੈ ਕੇ ਸਰਹਾਣੇ ਵੱਲ ਬੈਠਣ ਲਈ ਕਹਿੰਦੇ। ਇੱਥੇ ਹੀ ਬਸ ਨਹੀਂ ਜਦੋਂ ਸ਼ਾਮ ਨੂੰ ਬਾਹਰ ਸੈਰ ਕਰਨ ਲਈ ਜਾਂਦੇ ਤਾਂ ਗੁਰਦੁਆਰਾ ਸਾਹਿਬ ਤੋਂ ਤੁਰਨ ਲੱਗੇ ਹੀ ਆਪ ਜੀ ਆਪ ਜਾਂ ਕਿਸੇ ਪ੍ਰੇਮੀ ਨੂੰ ਬੇਨਤੀ ਜੋਪੀ ਜਾਂ ਸੱਤੇ ਬਲਵੰਡ ਦੀ ਵਾਰ ਦਾ ਪਾਠ ਕਰਨ ਵਾਸਤੇ ਕਹਿ ਦਿੰਦੇ ਜੋ ਪ੍ਰੇਮੀ ਪਾਠ ਕਰਦਾ ਉਸ ਨੂੰ ਸਾਰੀ ਸੰਗਤ ਤੋਂ ਅੱਗੇ ਤੋਰਦੇ ਬਾਕੀ ਸੰਗਤ ਪਿੱਛੇ ਪਾਠ ਸੁਣਦੀ ਸੁਣਦੀ ਜਾਂਦੀ ਜੇਕਰ ਆਪ ਪਾਠ ਕਰਦੇ ਤਾਂ ਆਪ ਸਾਰੀ ਸੰਗਤ ਤੋਂ ਅੱਗੇ ਹੋ ਕੇ ਤੁਰਦੇ ਆਮ ਤੌਰ ਤੇ ਗੁਰਦੁਆਰਾ ਸਾਹਿਬ ਤੋਂ ਦੱਖਣ ਵਾਲੇ ਪਾਸੇ ਜੋ ਚੋ ਸੀ ਚੋ ਹੈ ਉਸ ਦੇ ਕੰਡੇ ਥੋੜਾ ਸਮਾਂ ਬੈਠ ਕੇ ਗੁਰਬਾਣੀ ਦਾ ਪਾਠ ਜਰੂਰ ਸੁਣਦੇ ਸਨ ਜਿਸ ਪ੍ਰੇਮੀ ਨੇ ਪਾਠ ਸੁਣਾਉਣਾ ਹੁੰਦਾ ਉਸ ਦੇ ਹੇਠਾਂ ਆਪਣੇ ਗਲ ਵਿੱਚੋਂ ਹਜੂਰੀਆ ਲਾ ਕੇ ਦੂਰਾ ਕਰਕੇ ਵਿਛਾਦ ਹੁੰਦੇ ਕਈ ਪ੍ਰੇਮੀ ਜੇ ਉਸ ਕਪੜੇ ਉੱਪਰ ਬੈਠਣ ਤੋਂ ਨਾ ਨੁਕਰ ਕਰਦੇ ਤਾਂ ਬਾਬਾ ਜੀ ਕਹਿੰਦੇ ਕਿ ਭਾਈ ਇਹ ਤੇਰਾ ਸਤਕਾਰ ਨਹੀਂ ਇਹ ਤਾਂ ਜੋ ਗੁਰੂ ਕੀ ਬਾਣੀ ਤੂੰ ਪੜ੍ਹਨੀ ਹੈ ਸਾਨੂੰ ਸਰਵਣ ਕਰਵਾਉਣੀ ਹੈ ਉਸ ਦਾ ਅਦਬ ਸਤਕਾਰ ਹੈ ਜਿੰਨਾ ਸਤਕਾਰ ਅਸੀਂ ਗੁਰਬਾਣੀ ਦਾ ਕਰਾਂਗੇ ਉਸ ਵਿੱਚ ਆਪ ਨੂੰ ਹੀ ਲਾਹਾ ਹੈ ਕਿਉਂਕਿ ਇਹ ਗੁਰਬਾਣੀ ਪਰਮੇਸ਼ਰ ਜੀ ਦਾ ਸਰੂਪ ਹੈ ਜੋ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਇੰਜ ਜਾਣ ਲਵੋ ਕਿ ਉਹ ਪਰਮੇਸ਼ਰ ਜੀ ਜਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਗੁਰਬਾਣੀ ਦਾ ਅਦਬ ਸਤਕਾਰ ਅਸੀਂ ਆਪਣੇ ਭਲੇ ਅਤੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਕਰਨਾ ਹੈ ਦਿਖਾਵੇ ਮਾਤਰ ਨਹੀਂ ਧੁਰ ਅੰਦਰੋਂ ਕਰਨਾ ਹੈ ਜੇ ਕਿਤੇ ਅਖਬਾਰ ਜਾਂ ਕਿਸੇ ਕਾਗਜ਼ ਉੱਪਰ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਜ਼ਮੀਨ ਉੱਪਰ ਵੇਖ ਲੈਣ ਤਾਂ ਉਹਨਾਂ ਨੂੰ ਚੁੱਕ ਕੇ ਨਮਸਕਾਰ ਕਰਨੀ ਤੇ ਅੱਗ ਵਿੱਚ ਉਹਨਾਂ ਦਾ ਸਸਕਾਰ ਕਰ ਦੇਣਾ ਛੋਟੇ-ਕੁਟਕੇ ਤੋਂ ਲੈ ਕੇ ਸਮੁੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰੂ ਰੂਪ ਜਾਣ ਕੇ ਆਪ ਜੀ ਸਤਿਕਾਰ ਕਰਿਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਕਲਯੁਗੀ ਜੀਵਾਂ ਦਾ ਗੁਰੂ ਗੁਰੂ ਕੀ ਬਾਣੀ ਹੈ ਜੋ ਧੰਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਸਾਡੇ ਲਈ ਅਗਵਾਈ ਨਟ ਰਗ ਵਿੱਚ ਕੀਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਅਤੇ ਸਤਿਗੁਰ ਜੀ ਦੀ ਜੋ ਬਾਣੀ ਹੈ ਇਹ ਸਤ ਸਰੂਪ ਪਰਮੇਸ਼ਰ ਦਾ ਰੂਪ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਜਿੰਨੇ ਵੀ ਵਚਨ ਗੁਰਬਾਣੀ ਵਿੱਚ ਹਨ ਇਹ ਸਤਗੁਰ ਜੀ ਦਾ ਅਸਲੀ ਰੂਪ ਹਨ ਇਹ ਵਚਨ ਜੀਵ ਨੂੰ ਜੀਵਨ ਮੁਕਤੀ ਦਾ ਪੰਧ ਦੱਸਣ ਵਾਲੇ ਹਨ ਸਤਗੁਰ ਵਚਨ ਵਚਨ ਹੈ ਸਤਗੁਰ ਪਾਦਰ ਮੁਕਤ ਜਨਾਬ ਹੈ ਗੋ ਸਤਗੁਰ ਜੀ ਨੇ ਆਪ ਪੰਜ ਭੂਤਕ ਸਰੀਰ ਵਿੱਚ ਵਿਚਰਦਿਆਂ ਹੋਇਆਂ ਗੁਰਬਾਣੀ ਦਾ ਸਤਕਾਰ ਕਰਨ ਦੇ ਪੂਰਨੇ ਪਾਏ ਅਤੇ ਸਾਨੂੰ ਇਸ ਪ੍ਰਕਾਰ ਦਾ ਹੁਕਮ ਕੀਤਾ ਕਿ ਮੇਰੇ ਸਰੂਪ ਤੇ ਜਾਤੇ ਹਨ ਦੀਰਗ ਸਾਹਿਬ ਜਾਨ ਅਦਾਇਬ ਕਹਿ ਬਾਬਾ ਜੀ ਦਾ ਇੱਥੋਂ ਤੱਕ ਕਿਹਾ ਕਰਦੇ ਸਨ ਕਿ ਇੰਜ ਜਾਣ ਲਵੋ ਜੋ ਗੁਰਬਾਣੀ ਦਾ ਸਤਕਾਰ ਕਰਦਾ ਹੈ ਉਹ ਆਪਣੇ ਗੁਰੂ ਦਾ ਸਤਕਾਰ ਕਰਦਾ ਹੈ ਅਤੇ ਜੋ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਉਹ ਗੁਰੂ ਦੀ ਬੇਅਦਵੀ ਕਰਦਾ ਹੈ ਜੇ ਆਪਾਂ ਗੁਰੂ ਦਾ ਅਦਬ ਸਤਕਾਰ ਨਾ ਕੀਤਾ ਤਾਂ ਅਸੀਂ ਕਿਹੜੇ ਮੂੰਹ ਨਾਲ ਗੁਰਦੇਵ ਜੀ ਪਾਸੋਂ ਮੁਕਤ ਭੋਗਤ ਦੀਆਂ ਦਾਤਾਂ ਮੰਗਾਂਗੇ ਦੂਸਰਾ ਸਤਗੁਰੂ ਜੀ ਦੇ ਗੁਰਬਾਣੀ ਰਾਹੀਂ ਕੀਤੇ ਹੁਕਮ ਨੂੰ ਮੰਨਣਾ ਜਿੱਥੇ ਅਤ ਜ਼ਰੂਰੀ ਹੈ ਉੱਥੇ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਸਤਕਾਰ ਕਰਨਾ ਵੀ ਉਨਾ ਹੀ ਲਾਜ਼ਮੀ ਹੈ ਕਿਉਂਕਿ ਕਿਸੇ ਦਾ ਵੀ ਅਸਲੀ ਰੂਪ ਵਿੱਚ ਹੁਕਮ ਮੰਨਣ ਤੋਂ ਪਹਿਲਾਂ ਉਸ ਪ੍ਰਤੀ ਸਤਕਾਰ ਸ਼ਰਧਾ ਭਾਵਨੀ ਬਣਾਉਣੀ ਅਤ ਜ਼ਰੂਰੀ ਹੈ ਨਹੀਂ ਤਾਂ ਪੂਰਨ ਰੂਪ ਵਿੱਚ ਮਨੁੱਖ ਹੁਕਮ ਨਹੀਂ ਮੰਨ ਸਕਦਾ ਨਾ ਹੀ ਪੂਰਨ ਲਾਹਾ ਪ੍ਰਾਪਤ ਕਰ ਸਕਦਾ